ਕੀ ਹਾਲ ਚਾਲ ਹੈ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਮੋਹਿਤ ਤੇ ਇੱਕ ਵਾਰ ਫਿਰ ਤੋਂ ਵੈਲਕਮ ਹੈ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਅਤੇ ਮੈਂ ਹੈਗਾ ਹੁਣ ਚੰਡੀਗੜ੍ਹ ਹੁਣੇ ਮੈਂ ਆਪਣੇ ਫਲੈਟ 'ਚ ਨਿਕਲਿਆ ਸਵੇਰ ਦੇ ਵੱਜ ਗਏ 10 ਅਤੇ ਮੈਂ ਹੁਣ ਚੱਲਿਆ ਜਿੰਮ ਅਤੇ ਵਰਕਆਊਟ ਕਰਨਾ ਆਪਦਾ ਕਿਉਂਕਿ ਵਰਕਆਊਟ ਆਪਾਂ ਛੱਡਣਾ ਹੀ ਮੇਰੀ ਜਿੰਮ ਮੈਂ ਇੱਥੇ ਵੀ ਮੈਂਬਰਸ਼ਿਪ ਲੈ ਰੱਖੀ ਆ ਸੋ ਇੱਥੇ ਵੀ ਚੱਲਦੇ ਹਾਂ ਆਪਾਂ ਹੁਣ ਜਿੰਮ 'ਚ ਅਤੇ ਕਰਦੇ ਹਾਂ ਵਰਕਆਊਟ ਦਿਖਾਉਂਦੇ ਹਾਂ ਤੁਹਾਨੂੰ ਆਪਣਾ ਦਿਨ ਅੱਜ ਦਾ ਵੀ ਮੈਂ ਕੀ ਕਰਦਾ ਅਤੇ ਜਿਹੜਾ ਮੇਰਾ ਕੱਲ੍ਹ ਵਾਲਾ ਵਲੌਗ ਸੀਗਾ ਜਿਹੜਾ ਮੈਂ ਅੱਜ ਦੇ ਦਿਨ ਪਾਉਣਾ ਸੀਗਾ ਠੀਕ ਆ ਉਹ ਤੁਹਾਨੂੰ ਥੋੜ੍ਹੇ ਦਿਨਾਂ ਬਾਅਦ ਦੇਖਣ ਨੂੰ ਮਿਲੂਗਾ ਕਿਉਂਕਿ ਉਹ ਵਲੌਗ 'ਚ ਥੋੜ੍ਹੀ ਜਿਹੀ ਕੋਈ ਦਿੱਕਤ ਆ ਗਈ ਕੋਈ ਸੀਨ ਸੂਨ ਜਿਹੜੇ ਨਾ ਉਹਦੇ ਆਵਾਜ਼ ਨਹੀਂ ਆ ਰਹੀ ਉਸ 'ਚ ਐਡੀਟਿੰਗ 'ਚ ਅਤੇ ਉਸ 'ਚ ਦਿੱਕਤ ਆ ਰਹੀ ਹੈ ਤਾਂ ਉਹ ਥੋੜ੍ਹਾ ਜਿਹਾ ਕਰਨਾ ਪੈਣਾ ਸੈੱਟ ਸੋ ਉਹ ਇੱਕ ਵਲੌਗ ਮੈਂ ਥੋੜ੍ਹੇ ਜਿਹੇ ਚਿਰ ਬਾਅਦ ਪਾਊਂਗਾ ਸੋ ਬਾਕੀ ਇਹ ਵਾਲਾ ਵਲੌਗ ਜਿਹੜਾ ਮੈਂ ਹੁਣ ਸ਼ੂਟ ਕਰ ਰਿਹਾ ਤੁਹਾਨੂੰ ਜਿਸ 'ਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਤੁਹਾਨੂੰ ਅੱਜ ਸ਼ਾਮ ਨੂੰ ਹੀ ਪੈ ਜੂਗਾ ਅੱਜ ਆਪਾਂ ਇੱਕ ਵਲੌਗ ਐਂ ਨਹੀਂ ਵੀ ਇੱਕ ਦਿਨ ਬਾਅਦ ਪਾਵਾਂਗੇ ਆਹ ਵਲੌਗ ਤਾਂ ਅੱਜ ਹੀ ਪੈ ਜੂਗਾ ਸੋ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਜਿੰਮ 'ਚ ਹੁਣ ਆਪਾਂ ਜਿੰਮ ਚੱਲਦੇ ਹਾਂ ਸੋ ਮਿਲਦਾ ਤੁਹਾਨੂੰ ਜਿੰਮ 'ਚ ਓਕੇ ਕੁਛ ਖਾ ਲੈਂਦੇ ਇੱਥੇ ਸੋ ਮਿਲਦਾ ਉਹਨਾਂ ਨੂੰ ਫਿਰ ਫਲੈਟ 'ਚ ਜਾ ਕੇ ਓਕੇ ਹਾਂਜੀ ਸੋ ਹੁਣ ਮੈਂ ਆਇਆ ਸੀ ਇੱਥੇ 24/7 'ਤੇ ਮੈਨੂੰ ਥੋੜ੍ਹਾ ਜਿਹਾ ਪਰਸਨਲੀ ਸਮਾਨ ਲੈਣਾ ਉਹਦਾ ਸੋ ਮੈਂ ਉਹ ਲੈਣਾ ਫਿਰ ਚੱਲਦਾ ਫਲੈਟ ਆਪਾਂ ਚੱਲੀਏ ਮੈਂ ਲੈ ਲਿਆ ਸਮਾਨ ਅਤੇ ਨਾ ਮੈਂ ਹੁਣ ਇੱਥੇ ਜਿਵੇਂ ਚੰਡੀਗੜ੍ਹ 'ਚ ਵਲੌਗ ਕਰਦਾ ਪਿਆ ਨਾ ਰਸਤੇ 'ਚ ਲੋਕ ਦੇਖਦੇ ਨੇ ਪਰ ਮੈਂ ਕਹਿੰਦਾ ਯਾਰ ਇਹ ਕਿਹੜਾ ਮੈਨੂੰ ਜਾਣਦੇ ਨੇ ਇੱਥੇ ਦੇ ਲੋਕ ਮੈਂ ਬੋਲਦਾ ਰਹਿੰਦਾ ਆਪਦਾ ਚੱਲ ਦੋ ਜਿਹਨੇ ਕੀਤੀ ਸ਼ਰਮ ਉਹਦੇ ਫੂਟੇ ਕਰਮ ਇਵੇਂ ਜਿਹਾ ਕੁਝ ਹੁੰਦਾ ਮੈਨੂੰ ਇਹ ਹੁੰਦਾ ਹੈ ਨਾ ਜਿਹਨੇ ਕੀਤੇ ਕਰਮ ਉਹਦੇ ਫੂਟੇ ਕਰਮ ਆਪਾਂ ਸ਼ਰਮ ਸ਼ੁਰਮ ਤਾਂ ਕਰਦੇ ਨਹੀਂ ਆਪਾਂ ਬੋਲਦੇ ਰਹਿੰਦੇ ਆਪਦਾ ਸੋ ਹੌਲੀ ਹੌਲੀ ਹੋਰ ਟ੍ਰੇਂਡ ਹੋ ਜਾਵਾਂਗੇ ਜਿਵੇਂ ਹੁਣ ਚੱਲੀ ਜਾਂਦਾ ਬਾਬਾ ਚਲਾਈ ਜਾਂਦਾ ਸੋ ਹੁਣ ਚੱਲਦੇ ਹਾਂ ਆਪਾਂ ਫਲੈਟ ਅਤੇ ਉਸ ਤੋਂ ਬਾਅਦ ਮੈਂ ਜਾ ਕੇ ਆਪਦਾ ਪਿੰਨਾ ਪ੍ਰੋਟੀਨ ਪਾਟੀ ਪੀਣਾ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਆਪਾਂ ਅੱਗੇ ਓਕੇ ਹਾਂਜੀ ਸੋ ਆਪਾਂ ਆ ਗਏ ਹੁਣ ਫਲੈਟ ਆਪਣੇ ਅਤੇ ਮੈਂ ਪੀਣ ਲੱਗਿਆ ਆਪਦਾ ਪ੍ਰੋਟੀਨ ਸੋ ਹੁਣ ਇਹਨੂੰ ਪੀ ਕੇ ਫਿਰ ਆਪਾਂ ਨਹਾਉਂਦੇ ਹਾਂ ਅਤੇ ਫਿਰ ਚੱਲਦੇ ਹਾਂ ਕਿਸੇ ਪਾਸੇ ਘੁੰਮਣ ਸੋ ਬਾਅਦ 'ਚ ਮਿਲਦਾ ਤੁਹਾਨੂੰ ਨਹਾ ਧੋ ਕੇ ਓਕੇ ਭਰਾ ਹਲਕਾ ਹੋ ਗਿਆ ਸਵਾਗਤ ਫਲੈਸ਼ ਕਰਿਆ ਆ ਹੈਂ ਉਹ ਮੂੰਹ 'ਤੇ ਕੀ ਹੋ ਗਿਆ ਤੇਰੇ ਨਿਸ਼ਾਨ ਜੀ ਮੱਛੇ ਮਾਰੇ ਹੈਂ ਲੜਾਈ ਹੋਈ ਮੁੱਕੀ ਵੱਜੇ ਮੁੱਕੇ ਵੱਜੇ ਕਿਸਮ ਦਾ ਮਾਰੇ ਮੇਰੇ ਓਏ ਹੋਏ ਕਿੱਥੇ ਚੱਲੀਏ ਹੁਣ ਚੱਲੀਏ ਕਿਤੇ ਪਾਸੇ ਕਰ ਲੈ ਕਰ ਲੈ ਜੀ ਸੋ ਆਪਾਂ ਹੋ ਗਏ ਤਿਆਰ ਨਾ ਧੋ ਕੇ ਆਪਦਾ ਅੱਜ ਅਸੀਂ ਠੰਡੇ ਪਾਣੀ ਨਾਲ ਨਹਾਏ ਸਾਰੇ ਜਣੇ ਇਕੱਠੇ ਸੋ ਹੁਣ ਆਪਾਂ ਆਏ ਉੱਪਰ ਰੀਲ ਰੂਲ ਬਣਾਈਏ ਆ ਬੈਠਾ ਚੁੱਗ ਰੀਲ ਬਣਾਵਾਂਗੇ ਹੁਣ ਘੈਂਟ ਘੈਂਟ ਰੀਲਾਂ ਹੋਏ 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 ਚੰਡੀਗੜ੍ਹ ਕਿੰਨਾ ਸੋਹਣਾ ਲੱਗਦਾ ਇੱਥੋਂ ਅਤੇ ਅੱਜ ਸਾਡੇ ਦੋ ਸਾਥੀ ਵੀ ਆ ਰਹੇ ਨੇ ਪਿੰਡੋਂ ਦੋ ਜਵਾਕ ਜੇ ਅਤੇ ਉਹ ਵੀ ਆ ਰਹੇ ਨੇ ਰਾਤ ਨੂੰ ਉਹਨਾਂ ਨਾਲ ਬੈਠਾਂਗੇ ਉਹਨੂੰ ਵੀ ਲੈਣ ਜਾਣਾ ਸੋ ਹੁਣ ਆਪਾਂ ਰੀਲ ਬਣਾਉਂਦੇ ਹਾਂ ਚਲੋ ਇਹ ਬਣਾਈਏ ਰੀਲਾਂ ਹਾਂਜੀ ਸੋ ਆਪਾਂ ਬਣਾਉਣੀਆਂ ਰੀਲਾਂ ਹੁਣ ਚੱਲੀਏ
चलिए नीचे तो फिर चलते हम कि पास आप देखो साडा फ्लैट खतरों के खिलाड़ी बन रहे हैं वो नहीं दिखाने उधर साढ़े सुकते पे ने तौलीए तुलीए चलो चलिए नीचे फिर चलते हैं किसी पास फिर थोड़ा दिखावे आप अगे ओके जी आप आ गए 36 सेक्टर गेड़ी से इतने रौनक बहुत लग रही ने नाल है साढ़े इधर चग साहब रौनक दिखाने थोनू रौनक मतलब कि कट्ठ और गाने ना दे मिठे मिठे ठीक है चल आ जा आयो गेड़िया मराइयो बई रौनक फुल ने रौनक रौनक स्पेशल गड्डी रोकी मुंडिया ने गड्डी दा रोब नहीं पै रहा देखी तू गड्डी नी आप लोई बिल चमका के रख दे मुंडे मेनू कि चमका गे हाए अज तो तू भी मेहमान है चल लै गड्डी चमक गई हुण लावांगे गेड़ी किन्ने दी स्पीड ते मुंडे आ गए 3v2 गेड़ी मारन कहते पिंडो मुंडे आए ने इन्हां नूं घुमा दिए मणि गा रहे नजारा है तेनू की देख रहे तू आप नेड़े तेड़े अच्छा सहेली वास्ते टैडी ले लूंगा कि रज दी यार तू ले लो ਲੈ ਲੈ ਤੂੰ ਚੰਡੀਗੜ੍ਹ ਸੇਲੀ ਨੂੰ ਮਿਲਣ ਆਇਆ ਲੈ ਲੈ ਅੱਡੇ ਅੱਡੇ ਵੱਡੇ ਵੱਡੇ ਲੈਣੇ ਪੈਣਗੇ ਪਹਿਲੀ ਗੱਲ ਵੱਡੇ ਵੱਡੇ ਹੋਣਗੇ ਭੈਣ ਜਦੋਂ 5000 ਦੇ 50 ਨੂੰ ਦੇਦੇ ਭੈਣ ਦੇ 50000 ਹੋ ਜਾ ਫੇਰ ਕੀ ਆ ਲੈ ਲੈ ਸੇਲੀ ਮਸਾ ਤਾਂ ਬਣੀ ਆ ਯਾਰ ਤੂੰ ਲੈ ਲੈ ਮਣੀ ਕਾ ਉਹਦੇ ਵਾਸਤੇ ਕੀ ਨਾਂ ਸੀ ਉਹਦਾ ਓਏ ਚੱਲ ਨਾਂ ਨਹੀਂ ਲੈਣਾ ਨਾਂ ਨਹੀਂ ਲੈਣਾ ਸੌਰੀ ਸੌਰੀ ਬਾਬੇ ਗਲਤ ਰੋਂਗ ਰੋਂਗ ਨੰਬਰ ਓ ਆ ਲੈ ਲੈ ਆ ਦੇ ਵੱਡਾ ਜਾ ਓਏ ਓਏ ਇੱਡੇ ਨੂੰ ਮੰਨਣੀ ਨਹੀਂ चल फिर खाने टॉप ला लो किवें देखी जांदा पहली बार मोहाली किवें देखी जांदा देख किवें पड़ जांदा मणिक आया कोई पसंद टैडी टूडी आ ले ले ओ मणिक ले ले रात नूं मिलन जाना तू नहीं लक पिछे ले जाने वास्ते कद्दा भाई मुंडे कहंदे होर किते लेके चलो इत्थे रौनकां नहीं हैगियां मुश्किल चलदे यार मुश्किल चलदे चलिए मेरे भाई कोल चलो मलाओ सामने कर ठीक है ठीक है टैडी लैन लगे सी आ ਮਾਂ ਨਾ ਕਹਣਾ ਟੱਡੀ ਲੜਾ ਮੈਂ ਕਿੰਨੀਆਂ ਨੂੰ ਦੂੰ ਟੱਡੀ ਚੱਲ ਯਾਰ ਚੱਲੀਏ ਕੁਛ ਲਵੇ ਹੁਣ
ਲੋ ਜੀ ਆਪਾਂ ਪਹੁੰਚ ਗਏ ਹੁਣ ਫਲੈਟ ਅਤੇ ਇਸੇ ਨਾਲ ਵਲੋਗ ਨੂੰ ਕਰਨ ਲੱਗੇ ਆਪਾਂ ਐਂਡ ਅਤੇ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਲੋਗ ਅਤੇ ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਰਦੇ ਨਹੀਂ ਹੁੰਦੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਮਿਲਦਾ ਤੁਹਾਨੂੰ ਆਪਾਂ ਅਗਲੇ ਵਲੋਗ 'ਚ ਉਦੋਂ ਤੱਕ ਆਪਣਾ ਧਿਆਨ ਰੱਖੋ ਜ਼ਿੰਦਗੀ ਜ਼ਿੰਦਾ।